ਸੱਤ ਪਉ ਦੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਚਮਕੌਰ ਦੀ ਧਰਤੀ ਤੇ ਪਹੁੰਚੇ ਤੇ ਬੁੱਧੀ ਚੰਦ 라ਵਤ ਨੂੰ ਸੁਣਦੀਆਂ ਮੋਹਰਾਂ ਦੇ ਕੇ ਗੜੀ ਨੂੰ ਖਰੀਦ ਲਿਆ ਉਸ ਵੇਲੇ ਦੇ ਵਰਤਾਂਤ ਨੂੰ ਭਾਈ ਰਮਨਦੀਪ ਥਾਂਦੀ ਨੇ ਇਸ ਤਰ੍ਹਾਂ ਬਿਆਨ ਕੀਤਾ ਰਾਤ ਸਮੇਂ ਸਿੰਘਾਂ ਨੇ ਗੜੀ ਵਿੱਚ ਉਤਾਰੇ ਕੀਤੇ ਠੰਡੀ ਹਵਾ ਤਰਨ ਉਚੇੜਦੀ ਸੀ ਕਹਿਰਾਂ ਦੀ ਸਰਦੀ ਮਹੀਨਿਆਂ ਦੇ ਭੁੱਖੇ ਸਿੰਘ ਗੁਰੂ ਸਾਹਿਬ ਨੇ ਸਿੰਘਾਂ ਨੂੰ ਆਉਣ ਵਾਲੇ ਕੱਲ੍ਹ ਵਾਸਤੇ ਬੰਗਾਰ ਕੇ ਤਿਆਰ ਕੀਤਾ ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ ਇਹ ਚਮਕੌਰ ਹੈਰਾਨ ਪਖਾਣ ਦੀ ਥਾਂ ਆਹੂ ਲਾ ਕੇ ਮੁਗਲ ਚ ਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ ਰਤ ਪੀਣੀਆਂ ਬਿਜਲੀਆਂ ਹੱਥ ਤੋਲੋ 10 ਲੱਖ ਗੁਲਾਮ ਲਿਤਾੜ ਛੁੱਟੋ ਸਿੰਘੋ ਸੂਰਿਓ ਉਠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਛੁੱਟੋ ਤੁਹਾਡੇ ਹੱਥ ਵਿੱਚ ਪਾਤਸ਼ਾਹ ਖਾਲਸੇ ਦੀ ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ ਭਾਵੇਂ ਚਾਲਿਓ ਐ ਪਰ ਨਿੱਡਰ ਹੋ ਕੇ ਤੇਸ ਤੁਸਾਂ ਤੇਗ ਦਾ ਜੋਰ ਦਿਖਾ ਲੈਣਾ ਹੈ ਅਗੋਂ ਸਿੰਘਾਂ ਨੇ ਵੀ ਜਵਾਬ ਵਿੱਚ ਕਿਹਾ ਸਤਿਗੁਰੂ ਜੀਓ ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ ਸਵਾ ਲੱਖ ਨਾਲ ਇੱਕ ਇੱਕ ਭੜ ਜਾਈਏ ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ ਕਲਗੀ ਵਾਲਿਆ ਤੇਰੀਆਂ ਅਸੀਸ ਲੈ ਕੇ ਅਸੀਂ ਵਾਂਗ ਹਿਮਾਲਿਆ ਦੇ ਡਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਤਾਂ ਦੀ ਕਹੇ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਪਉ ਦੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਚਮਕੌਰ ਦੀ ਢੱਟੀ ਤੇ ਪਹੁੰਚੇ ਤੇ ਬੁੱਧੀ ਚੰਦ 라ਵਤ ਨੂੰ ਸੁਣਦੀਆਂ ਮੋਹਰਾਂ ਦੇ ਕੇ ਗੜੀ ਨੂੰ ਖਰੀਦ ਲਿਆ ਉਸ ਵੇਲੇ ਦੇ ਵਰਤਾਂਤ ਨੂੰ ਭਾਈ ਰਮਨਦੀਪ ਸਤੰਦੀ ਨੇ ਇਸ ਤਰ੍ਹਾਂ ਬਿਆਨ ਕੀਤਾ ਰਾਤ ਸਮੇਂ ਸਿੰਘਾਂ ਨੇ ਗੜੀ ਵਿੱਚ ਉਤਾਰੇ ਕੀਤੇ ਠੰਡੀ ਹਵਾ ਤਰ ਨੂੰ ਚੇੜਦੇ ਸੀ ਕਹਿਰਾਂ ਦੀ ਸਰਦੀ ਮਹੀਨਿਆਂ ਦੇ ਭੁੱਖੇ ਸਿੰਘ ਗੁਰੂ ਸਾਹਿਬ ਨੇ ਸਿੰਘਾਂ ਨੂੰ ਆਉਣ ਵਾਲੇ ਵਲ ਵਾਸਤੇ ਬੰਗਾਰ ਕੇ ਤਿਆਰ ਕੀਤਾ ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ ਇਹ ਚਮਕੌਰ ਹੈਰਾਨ ਪਖਾਣ ਦੀ ਥਾਂ ਆਹੂਲਾ ਕੇ ਮੁਗਲ ਚ ਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ ਰਤ ਪੀਣੀਆਂ ਬਿਜਲੀਆਂ ਹੱਥ ਤੋਲੋ 10 ਲੱਖ ਗੁਲਾਮ ਲੇਟਾੜ ਛੁੱਟੋ ਸਿੰਘੋ ਸੂਰਿਓ ਉઠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ ਤੁਹਾਡੇ ਹੱਥ ਵਿੱਚ ਪਾਤ ਜਖਾਲਸੇ ਦੀ ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ ਭਾਵੇਂ ਚਾਲਿਓ ਐ ਪਰ ਨਿੱਡਰ ਹੋ ਕੇ ਤੇਸ ਤੁਸਾਂ ਤੇਗ ਦਾ ਜੋਰ ਦਿਖਾ ਲੈਣਾ ਹੈ ਅੱਗੋਂ ਸਿੰਘਾਂ ਨੇ ਵੀ ਜਵਾਬ ਵਿੱਚ ਕਿਹਾ ਸਤਿਗੁਰੂ ਜੀਓ ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ ਸਵਾ ਲੱਖ ਨਾਲ ਇੱਕ ਇੱਕ ਭੜ ਜਾਈਏ ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ ਕਲਗੀ ਵਾਲਿਆ ਤੇਰੀ ਅਸੀਸ ਲੈ ਕੇ ਅਸੀਂ ਵਾਂਗ ਹਿਮਾਲਿਆ ਦੇ ਡਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਤਾਂ ਦੀ ਕਹੇ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਪਉ ਦੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਚਮਕੌਰ ਦੀ ਧਰਤੀ ਤੇ ਪਹੁੰਚੇ ਤੇ ਬੁੱਧੀ ਚੰਦ 라ਵਤ ਨੂੰ ਸੁਣਦੀਆਂ ਮੋਹਰਾਂ ਦੇ ਕੇ ਗੜੀ ਨੂੰ ਖਰੀਦ ਲਿਆ ਉਸ ਵੇਲੇ ਦੇ ਵਰਤਾਂਤ ਨੂੰ ਭਾਈ ਰਮਨਦੀਪ ਸਤੰਦੀ ਨੇ ਇਸ ਤਰ੍ਹਾਂ ਬਿਆਨ ਕੀਤਾ ਰਾਤ ਸਮੇਂ ਸਿੰਘਾਂ ਨੇ ਗੜੀ ਵਿੱਚ ਉਤਾਰੇ ਕੀਤੇ ਠੰਡੀ ਹਵਾ ਤਰ ਨੂੰ ਚੇੜਦੇ ਸੀ ਕਹਿਰਾਂ ਦੀ ਸਰਦੀ ਮਹੀਨਿਆਂ ਦੇ ਭੁੱਖੇ ਸਿੰਘ ਗੁਰੂ ਸਾਹਿਬ ਨੇ ਸਿੰਘਾਂ ਨੂੰ ਆਉਣ ਵਾਲੇ ਕੱਲ ਵਾਸਤੇ ਵੰਗਾਰ ਕੇ ਤਿਆਰ ਕੀਤਾ ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ ਇਹ ਚਮਕੌਰ ਹੈ ਰਾਣ ਪਖਾਣ ਦੀ ਥਾਂ ਆਹੂ ਲਾ ਕੇ ਮੁਗਲ ਚ ਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ ਰਤ ਪੀਣੀਆਂ ਬਿਜਲੀਆਂ ਹੱਥ ਤੋਲੋ 10 ਲੱਖ ਗੁਲਾਮ ਲੇਟਾੜ ਛੁੱਟੋ ਸਿੰਘ ਸੂਰਿਓ ਉਠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ ਤੁਹਾਡੇ ਹੱਥ ਵਿੱਚ ਪਾਤ ਜਖਾਲਸੇ ਦੀ ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ ਭਾਵੇਂ ਚਾਲਿਓ ਐ ਪਰ ਨਿੱਡਰ ਹੋ ਕੇ ਤੇਸ ਤੁਸਾਂ ਤੇਗ ਦਾ ਜੋਰ ਦਿਖਾ ਲੈਣਾ ਹੈ ਅੱਗੋਂ ਸਿੰਘਾਂ ਨੇ ਵੀ ਜਵਾਬ ਵਿੱਚ ਕਿਹਾ ਸਤਿਗੁਰੂ ਜੀਓ ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ ਸਵਾ ਲੱਖ ਨਾਲ ਇੱਕ ਇੱਕ ਭੜ ਜਾਈਏ ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ ਕਲਗੀ ਵਾਲਿਆ ਤੇਰੀਆਂ ਅਸੀਸ ਲੈ ਕੇ ਅਸੀਂ ਵਾਗ ਹਮਾਲਿਆ ਦੇ ਡੱਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਤਾਂ ਦੀ ਕਹੇ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਪਉ ਦੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਚਮਕੌਰ ਦੀ ਢੱਟੀ ਤੇ ਪਹੁੰਚੇ ਤੇ ਬੁੱਧੀ ਚੰਦ 라ਵਤ ਨੂੰ ਸੁਣਦੀਆਂ ਮੋਹਰਾਂ ਦੇ ਕੇ ਗੜੀ ਨੂੰ ਖਰੀਦ ਲਿਆ ਉਸ ਵੇਲੇ ਦੇ ਵਰਤਾਂਤ ਨੂੰ ਭਾਈ ਰਮਨਦੀਪ ਸਤੰਦੀ ਨੇ ਇਸ ਤਰ੍ਹਾਂ ਬਿਆਨ ਕੀਤਾ ਰਾਤ ਸਮੇਂ ਸਿੰਘਾਂ ਨੇ ਗੜੀ ਵਿੱਚ ਉਤਾਰੇ ਕੀਤੇ ਠੰਡੀ ਹਵਾ ਤਰ ਨੂੰ ਚੇੜਦੇ ਸੀ ਕਹਿਰਾਂ ਦੀ ਸਰਦੀ ਮਹੀਨਿਆਂ ਦੇ ਭੁੱਖੇ ਸਿੰਘ ਗੁਰੂ ਸਾਹਿਬ ਨੇ ਸਿੰਘਾਂ ਨੂੰ ਆਉਣ ਵਾਲੇ ਕੱਲ ਵਾਸਤੇ ਬੰਗਾਰ ਕੇ ਤਿਆਰ ਕੀਤਾ ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ ਇਹ ਚਮਕੌਰ ਹੈਰਾਨ ਪਖਾਣ ਦੀ ਥਾਂ ਆਹੂਲਾ ਕੇ ਮੁਗਲ ਚ ਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ ਰਤ ਪੀਣੀਆਂ ਬਿਜਲੀਆਂ ਹੱਥ ਤੋਲੋ 10 ਲੱਖ ਗੁਲਾਮ ਲਿਤਾੜ ਛੁੱਟੋ ਸਿੰਘੋ ਸੂਰਜ ਉਠ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ ਤੁਹਾਡੇ ਹੱਥ ਵਿੱਚ ਪਾਤ ਜਖਾਲਸੇ ਦੀ ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ ਭਾਵੇਂ ਚਾਲਿਓ ਐ ਪਰ ਨਿੱਡਰ ਹੋ ਕੇ ਤੇਸ ਤੁਸਾਂ ਤੇਗ ਦਾ ਜੋਰ ਦਿਖਾ ਲੈਣਾ ਹੈ ਅਗੋਂ ਸਿੰਘਾਂ ਨੇ ਵੀ ਜਵਾਬ ਵਿੱਚ ਕਿਹਾ ਸਤ ਗੁਰੂ ਜੀਓ ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ ਸਵਾ ਲੱਖ ਨਾਲ ਇੱਕ ਇੱਕ ਭੜ ਜਾਈਏ ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ ਕਲਗੀ ਵਾਲਿਆ ਤੇਰੀਆਂ ਅਸੀਸ ਲੈ ਕੇ ਅਸੀਂ ਵਾਂਗ ਹਮਾਲਿਆ ਦੇ ਡੱਟ ਜਾਾਂਗੇ ਅਸਾ ਪੰਥ ਗੁਲਾਮ ਨਹੀਂ ਹੋਣ ਦੇਣਾ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਅਸਾ ਪੰਥ ਗੁਲਾਮ ਨਹੀਂ ਹੋਣ ਦੇਣਾ ਤਾਂ ਦੀ ਕਹੇ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਪਉ ਦੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਚਮਕੌਰ ਦੀ ਢੱਟੀ ਤੇ ਪਹੁੰਚੇ ਤੇ ਬੁੱਧੀ ਚੰਦ 라ਵਤ ਨੂੰ ਸੁਣਦੀਆਂ ਮੋਹਰਾਂ ਦੇ ਕੇ ਗੜੀ ਨੂੰ ਖਰੀਦ ਲਿਆ ਉਸ ਵੇਲੇ ਦੇ ਵਰਤਾਂਤ ਨੂੰ ਭਾਈ ਰਮਨਦੀਪ ਥਾਂਦੀ ਨੇ ਇਸ ਤਰ੍ਹਾਂ ਬਿਆਨ ਕੀਤਾ ਰਾਤ ਸਮੇਂ ਸਿੰਘਾਂ ਨੇ ਗੜੀ ਵਿੱਚ ਉਤਾਰੇ ਕੀਤੇ ਠੰਡੀ ਹਵਾ ਤਰ ਨੂੰ ਚੇਰਦੇ ਸੀ ਕਹਿਰਾਂ ਦੀ ਸਰਦੀ ਮਹੀਨਿਆਂ ਦੇ ਭੁੱਖੇ ਸਿੰਘ ਗੁਰੂ ਸਾਹਿਬ ਨੇ ਸਿੰਘਾਂ ਨੂੰ ਆਉਣ ਵਾਲੇ ਵੱਲ ਵਾਸਤੇ ਬੰਗਾਰ ਕੇ ਤਿਆਰ ਕੀਤਾ ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ ਇਹ ਚਮਕੌਰ ਹੈ ਰਣ ਪਖਾਣ ਦੀ ਥਾਂ ਆਹੂਲਾ ਕੇ ਮੁਗਲ ਚ ਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ ਰਤ ਪੀਣੀਆਂ ਬਿਜਲੀਆਂ ਹੱਥ ਤੋਲੋ 10 ਲੱਖ ਗੁਲਾਮ ਲਿਤਾੜ ਚੁੱਟੋ ਸਿੰਘੋ ਸੂਰਿਓ ਉਠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ ਤੁਹਾਡੇ ਹੱਥ ਵਿੱਚ ਪਾਤ ਜਖ ਖਾਲਸੇ ਦੀ ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ ਭਾਵੇਂ ਚਾਲਿਓ ਐ ਪਰ ਨਿੱਡਰ ਹੋ ਕੇ ਤੇਸ ਤੁਸਾਂ ਤੇਗ ਦਾ ਜੋਰ ਦਿਖਾ ਲੈਣਾ ਹੈ ਅਗੋਂ ਸਿੰਘਾਂ ਨੇ ਵੀ ਜਵਾਬ ਵਿੱਚ ਕਿਹਾ ਸਤ ਗੁਰੂ ਜੀਓ ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ ਸਵਾ ਲੱਖ ਨਾਲ ਇੱਕ ਇੱਕ ਭੜ ਜਾਈਏ ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ ਕਲਗੀ ਵਾਲਿਆ ਤੇਰੀਆਂ ਅਸੀਸ ਲੈ ਕੇ ਅਸੀਂ ਵਾਂਗ ਹਮਾਲਿਆ ਦੇ ਡਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਤਾਂ ਦੀ ਕਹੇ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤ ਪਉ ਦੀ ਰਾਤ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਆਪਣੇ ਸਿੰਘਾਂ ਦੇ ਨਾਲ ਚਮਕੌਰ ਦੀ ਧਰਤੀ ਤੇ ਪਹੁੰਚੇ ਤੇ ਬੁੱਧੀ ਚੰਦ 라ਵਤ ਨੂੰ ਸੁਣਦੀਆਂ ਮੋਹਰਾਂ ਦੇ ਕੇ ਗੜੀ ਨੂੰ ਖਰੀਦ ਲਿਆ ਉਸ ਵੇਲੇ ਦੇ ਵਰਤਾਂਤ ਨੂੰ ਭਾਈ ਰਮਨਦੀਪ ਥੰਦੀ ਨੇ ਇਸ ਤਰ੍ਹਾਂ ਬਿਆਨ ਕੀਤਾ ਰਾਤ ਸਮੇਂ ਸਿੰਘਾਂ ਨੇ ਗੜੀ ਵਿੱਚ ਉਤਾਰੇ ਕੀਤੇ ਠੰਡੀ ਹਵਾ ਤਰ ਨੂੰ ਚੇਰਦੇ ਸੀ ਕਹਿਰਾਂ ਦੀ ਸਰਦੀ ਮਹੀਨਿਆਂ ਦੇ ਭੁੱਖੇ ਸਿੰਘ ਗੁਰੂ ਸਾਹਿਬ ਨੇ ਸਿੰਘਾਂ ਨੂੰ ਆਉਣ ਵਾਲੇ ਕੱਲ ਵਾਸਤੇ ਬੰਗਾਰ ਕੇ ਤਿਆਰ ਕੀਤਾ ਬਿਫਰੇ ਸ਼ੇਰਾਂ ਵੱਲ ਤੱਕ ਕੇ ਕਿਹਾ ਗੋਬਿੰਦ ਇਹ ਚਮਕੌਰ ਹੈ ਰਾਣ ਪਖਾਣ ਦੀ ਥਾਂ ਆਹੂਲਾ ਕੇ ਮੁਗਲ ਚ ਗੱਤਿਆਂ ਦੇ ਨਾਲ ਖੂਨ ਦੇ ਮਹਿੰਦੀਆਂ ਲਾਉਣ ਦੀ ਥਾਂ ਰਤ ਪੀਣੀਆਂ ਬਿਜਲੀਆਂ ਹੱਥ ਤੋਲੋ 10 ਲੱਖ ਗੁਲਾਮ ਲਿਤਾੜ ਛਟੋ ਸਿੰਘੋ ਸੂਰਜ ਉઠੋ ਤੂਫਾਨ ਬਣ ਕੇ ਮੁਗਲ ਰਾਜ ਨੂੰ ਜੜੋਂ ਉਖਾੜ ਸੁੱਟੋ ਤੁਹਾਡੇ ਹੱਥ ਵਿੱਚ ਪਾਤਸ਼ਾਹ ਖਾਲਸੇ ਦੀ ਅੰਗ ਖਾਲਸੇ ਦਾ ਤੁਸਾਂ ਪਾਲਣਾ ਹੈ ਭਾਵੇਂ ਚਾਲਿਓ ਐ ਪਰ ਨਿੱਡਰ ਹੋ ਕੇ ਤੇਸ ਤੁਸਾਂ ਤੇਗ ਦਾ ਜੋਰ ਦਿਖਾ ਲੈਣਾ ਹੈ ਅਗੋਂ ਸਿੰਘਾਂ ਨੇ ਵੀ ਜਵਾਬ ਵਿੱਚ ਕਿਹਾ ਸਤ ਗੁਰੂ ਜੀਓ ਟਿੱਡੀ ਦਲ ਵੱਲ ਤੱਕ ਕੇ ਸਿੰਘ ਗਰਜੇ ਅਸੀਂ ਖਾਲਸੇ ਹਾਂ ਮਰਨਾ ਜਾਣਦੇ ਹਾਂ ਸਵਾ ਲੱਖ ਨਾਲ ਇੱਕ ਇੱਕ ਭਿੜ ਜਾਈਏ ਲਾੜੀ ਮੌਤ ਨੂੰ ਵਰਨਾ ਜਾਣਦੇ ਹਾਂ ਕਲਗੀ ਵਾਲਿਆ ਤੇਰੀਆਂ ਅਸੀਸ ਲੈ ਕੇ ਅਸੀਂ ਵਾਂਗ ਹਮਾਲਿਆ ਦੇ ਡੱਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਅਸਾਂ ਪੰਥ ਗੁਲਾਮ ਨਹੀਂ ਹੋਣ ਦੇਣਾ ਤਾਂ ਦੀ ਕਹੇ ਭਾਵੇਂ ਕੱਟ ਦੇ ਕੱਟ ਦੇ ਕੱਟ ਜਾਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ